ਪਿੰਡ ਉਲਗ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਸਮਾਗਮ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਨਰਿੰਦਰ ਸਿੰਘ ਭਾਰਗਵ SSP ਮਾਨਸਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਛੇੜੀ ਮੁਹਿੰਮ ਵਿੱਚ ਲੋਕਾਂ ਤੋਂ ਸਾਥ ਦੀ ਅਪੀਲ ਕੀਤੀ, ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਨਸੀਹਤ ਦਿੱਤੀ ਅਤੇ ਖੇਡ ਕਿੱਟਾਂ ਵੰਡੀਆਂ। ਇਸ ਮੌਕੇ DSP ਅਮਰਜੀਤ ਸਿੰਘ, ਥਾਣਾ ਮੁਖੀ ਜੌੜਕੀਆਂ ਕਰਮਜੀਤ ਕੌਰ, ਸਰਪੰਚ ਰੂਪ ਕੌਰ, ਰਣਵੀਰ ਸਿੰਘ, ਮੁਲਾਜ਼ਮ ਆਗੂ, ਸੂਬੇਦਾਰ ਨਛੱਤਰ ਸਿੰਘ, ਪਿੰਡ ਵਾਸੀ ਆਦਿ ਮੌਜੂਦ ਸਨ। ਦੂਜਾ ਮੈਂ ਵਧਾਈ ਦਊਂਗਾ ਤੁਹਾਨੂੰ ਕਿ ਇਸ ਪੰਚਾਇਤ ਨੇ ਉਦਮ ਕੀਤਾ ਕਿ ਆਪਣੇ ਨੌਜਵਾਨਾਂ ਨੂੰ ਖੇਡਾਂ ਵੱਲ ਜਾਣ, ਖੇਡਾਂ ਦੀਆਂ ਖੇਡਾਂ ਉਹਨਾਂ ਨੂੰ ਦੇਣ, ਆ ਕੇ ਉਹਨਾਂ ਦਾ ਰੁਝਾਨ ਖੇਡਾਂ ਵੱਲ ਚੱਲ। ਤੁਸੀਂ ਪਾਠਸ਼ਾਲੀ ਤੁਹਾਡੇ ਪਿੰਡ ਦੀ ਪੰਚਾਇਤ ਤੁਹਾਡੇ ਪਿੰਡ ਦੇ ਵੱਡੇ ਵਡੇਰੇ ਤੁਹਾਡੇ ਸਾਰੇ ਦਾ ਇਸ ਤਰੀਕੇ ਨਾਲ ਖਿਆਲ ਕਰ ਰਹੇ ਨੇ ਕਿ ਤੁਸੀਂ ਨਸ਼ੇ ਦੇ ਵਿੱਚ ਨਾ ਜਾਓ ਬਲਕਿ ਵਧੀਆ ਜੀਵਨ ਬਤੀਤ ਕਰੋ, ਖੁਸ਼ੀਆਂ ਵਾਲਾ ਖੇਡਿਆ ਵਾਲਾ ਜਿਹਦੇ ਵਿੱਚ ਨਸ਼ੇ ਦੀ ਕਾਲੀ ਪਛਾਣ ਹੋਵੇ। ਜ਼ਿਲ੍ਹਾ ਪੁਲਿਸ ਮਾਨਸਾ ਜਿਸ ਮੈਂ ਬਤੌਰ SSP ਦੇ ਨਾਮ ਸਾਡੀ ਪੁਲਿਸ ਦੀ ਮੇਰੇ ਜ਼ਿਲ੍ਹੇ ਦੀ ਪੁਲਿਸ ਦੀ ਤੁਹਾਡੇ ਥਾਣੇ ਦੀ ਸਾਡੀ ਕੋਸ਼ਿਸ਼ ਹੈ ਕਿ ਨਸ਼ਾ ਮਾਨਸਾ ਜ਼ਿਲ੍ਹੇ 'ਚ ਪੂਰੀ ਤਰ੍ਹਾਂ ਖਤਮ ਹੋਵੇ। ਉਹਦੇ ਲਈ ਸਹਿਯੋਗ ਦੀ ਲੋੜ ਹੈ ਮਾਨਸਾ ਵਾਸੀਆਂ ਦੀ, ਪਿੰਡ ਵਾਸੀਆਂ ਦੀ, ਕਿਉਂਕਿ ਨਸ਼ਾ ਇਕੱਲਾ ਇੱਕ ਗੈਰ ਕਾਨੂੰਨੀ ਕੰਮ ਹੀ ਨਹੀਂ, ਇੱਕ ਸੋਸ਼ਲ ਪ੍ਰੋਬਲਮ ਹੈ। ਕੋਈ ਵੀ ਉਹ ਚੀਜ਼ ਜਿਸ ਦੀ ਡਿਮਾਂਡ ਹੈ ਉਹਨੂੰ ਵੇਚਣ ਵਾਲੇ ਨੇ ਬੜੇ ਜ਼ਿਆਦਾ ਹੋ, ਜੇ ਕਦੇ ਕਿਸੇ ਵੀ ਚੀਜ਼ ਦੀ ਸ਼ੋਰਟੇਜ ਹੋਵੇ ਉਹੀ ਚੀਜ਼ ਨੂੰ ਵੇਚਣ ਵਾਲੇ ਸਭ ਤੋਂ ਜ਼ਿਆਦਾ ਹੋ। ਸ਼ੋਰਟੇਜ ਜਦੋਂ ਹੁੰਦੀ ਹੈ ਤਾਂ ਉਹ ਮੰਗੇ ਜ਼ਿਆਦਾ ਹੋ, ਕਰਦੇ ਹਾਂ ਕਿ ਨੌਜਵਾਨਾਂ ਨੂੰ ਅਜਿਹੇ ਸਮਾਗਮਾਂ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਾ ਤੋਂ ਬਚਾ।